ਨੌਜਵਾਨਾਂ ਆਗੂ ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਕਾਫਲਾ ਲਗਾਤਾਰ ਵਧਦਾ ਜਾ ਰਿਹਾ ਹੈਗਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਭਲੀ ਭਾਂਤ ਜਾਣੂ ਨੇ ਪੰਜਾਬ ਦੇ ਲੋਕ ਕਿ ਦੋ ਪਰਿਵਾਰ ਕੈਪਟਨ ਸਾਹਿਬ ਦਾ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਪਰਿਵਾਰ ਪਿਛਲੇ ਲਗਭਗ 20 ਸਾਲਾਂ ਤੋਂ ਉੱਪਰ ਹੋ ਗਿਆ ਪੰਜਾਬ ਵਿੱਚ ਰਾਜ ਕਰਦਿਆਂ ਨੂੰ ਇੱਕ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੂਜੇ ਦੀ ਪਾਰਟੀ ਕਾਂਗਰਸ ਪਾਰਟੀ ਔਰ ਪੰਜਾਬ ਦੇ ਲੋਕਾਂ ਦੇ ਨਾਲ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਸਮਾਜਿਕ ਤੌਰ ਤੇ ਲਗਾਤਾਰ ਖਿਲਵਾੜ ਕਰ ਰਹੇ ਨੇਗੇ ਲਗਾਤਾਰ ਪੰਜਾਬ ਦੇ ਜਜ਼ਬਾਤਾਂ ਨਾਲ ਖੇਡ ਰਹੇ ਨੇਗੇ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਨੇਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 2015 ਦੇ ਵਿੱਚ ਹੋਈ 2015 ਤੋਂ ਲੈ ਕੇ 2017 ਤੱਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਪਰ ਲੇਕਿਨ ਕਿਸੇ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਲਗਾਤਾਰ ਸਿੱਟ ਬਣਾਉਣ ਦਾ ਲਗਾਤਾਰ ਜਿਹੜਾ ਹੈਗਾ ਜਾਂਚ ਕਰਨ ਦਾ سلسلہ ਚੱਲਦਾ ਰਿਹਾ ਸਾਰੇ ਪੰਜਾਬ ਨੂੰ ਪਤਾਗਾ ਕਿ ਜਸਰ ਜੋਰਾ ਸਿੰਘ ਕਮਿਸ਼ਨ ਜਿਹੜੇ ਕਿ ਰਿਟਾਇਰਡ ਜੱਜ ਸੀਗੇ ਉਹਨਾਂ ਦਾ ਕਮਿਸ਼ਨ ਬਣਿਆ ਪਰ ਲੇਕਿਨ ਉਹਨਾਂ ਦੀ ਰਿਪੋਰਟ ਲੈਣ ਲਈ ਉਹਨਾਂ ਦੀ ਰਿਪੋਰਟ ਲੈਣ ਲਈ ਪੰਜਾਬ ਸਰਕਾਰ ਦਾ ਉਸ ਸਮੇਂ ਦੀ ਸਰਕਾਰ ਦਾ ਨਾ ਕੋਈ ਮਨਿਸਟਰ ਨਾ ਚੀਫ ਸੈਕਟਰੀ ਨਾ ਕੋਈ ਸੈਕਟਰੀ ਪਹੁੰਚਿਆ ਨਹੀਂ ਬਲਕਿ ਨਮੋਸ਼ ਹੋ ਕੇ ਬਲਕਿ ਉਹਨਾਂ ਨੂੰ ਨਰਾਸ਼ ਹੋ ਕੇ ਆਪਣੀ ਰਿਪੋਰਟ ਇੱਕ ਪੀਏ ਨੂੰ ਫੜਾ ਕੇ ਜਿਹੜੀ ਵਾਪਸ ਆਉਣਾ ਪਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ 2017 ਦੇ ਵਿੱਚ ਪੰਜਾਬ ਵਿੱਚ ਵੱਡੀ ਪੱਦਰ ਤੇ ਇਸ ਗੱਲ ਦਾ ਇਹ ਮੁੱਦਾ ਬਣਿਆ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਬਣਿਆ ਦੋ ਨੌਜਵਾਨਾਂ ਦੀ ਮੌਤ ਦਾ ਮੁੱਦਾ ਬਣਿਆ ਉਸ ਸਮੇਂ ਕੈਪਟਨ ਸਾਹਿਬ ਨੇ ਐਲਾਨ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਆ ਤਾਂ ਮੈਂ ਪੰਜਾਬੀਆਂ ਨੂੰ ਇਨਸਾਫ ਦੇਵਾਂਗਾ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਵਾਂਗਾ ਜਿਨ੍ਹਾਂ ਲੋਕਾਂ ਨੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਜਾਂ ਜਿਨ੍ਹਾਂ ਲੋਕਾਂ ਨੇ ਦੋ ਨੌਜਵਾਨ ਸ਼ਹੀਦ ਕੀਤੇ ਨੇਗੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰੂੰਗਾ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗਾ ਪਰ ਲੇਕਿਨ ਅਫਸੋਸ 4 ਸਾਲ ਬੀਤ ਚੁੱਕੇ ਨੇ ਐਕਸ਼ਨ ਤਾਂ ਕੀ ਲੈਣਾ ਸੀ ਜੇਲਾ ਚ ਕੀ ਬੰਦ ਕਰਨੇ ਸੀ ਕਿ ਬਲਕੇ ਕੈਪਟਨ ਸਾਹਿਬ ਆਪਣੀ ਪੁਰਾਣੀ ਜਾਰੀ ਦੇ ਤਹਿਤ ਆਪਣੇ ਪੁਰਾਣੇ ਹੋਏ ਸਮਝੌਤੇ ਦੇ ਤਹਿਤ ਅੱਜ ਦੋਸ਼ੀਆਂ ਨੂੰ ਵਿਚਾਰ ਰਹੇ ਨੇ ਕਿ ਅੱਜ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ ਕਿ ਇੱਕ ਇਮਾਨਦਾਰ ਅਫਸਰ ਕੁੰਮਰ ਵਿਜੇ ਪ੍ਰਤਾਪ ਜਿਹੜਾ ਕਿ ਜਾਂਚ ਕਰ ਰਿਹਾ ਸੀਗਾ ਉਹਦੀ ਬਲੀ ਲੈ ਲੈ ਜਾਂਦੀ ਹੈ ਕਿ ਉਹਦਾ ਰਿਜ਼ਾਈਨ ਜਿਹੜਾ ਐਕਸੈਪਟ ਹੋ ਜਾਂਦਾ ਹੈ ਪਰ ਲੇਕਿਨ ਨਾ ਪ੍ਰਕਾਸ਼ ਸਿੰਘ ਬਾਦਲ ਬੋਲਦਾਗਾ ਨਾ ਕੈਪਟਨ ਸਾਹਿਬ ਬੋਲਦੇ ਨੇ ਕਿ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਵੀ ਕੁਮਰ ਵਿਜੇ ਪ੍ਰਤਾਪ ਜੀ ਨੇ ਲੰਬਾ ਅਰਸਾ ਕੰਮ ਕੀਤਾ ਕੈਪਟਨ ਸਾਹਿਬ ਦੇ ਰਾਜ ਦੇ ਅਧੀਨ ਵੀ ਕੁਮਰ ਵਿਜੇ ਪ੍ਰਤਾਪ ਜੀ ਨੇ ਜਿਹੜਾ ਹੈਗਾ ਲੰਬਾ ਅਰਸਾ ਕੰਮ ਕੀਤਾ ਪਰ ਲੇਕਿਨ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਸ ਇਮਾਨਦਾਰ ਅਫਸਰ ਦੇ ਹੱਕ ਦੇ ਵਿੱਚ ਇੱਕ ਲਾਈਨ ਤੱਕ ਬੋਲਿਆ ਨਹੀਂ ਇੱਥੋਂ ਪਤਾ ਲੱਗਦਾ ਕਿ ਇਹ ਦੋ ਪਰਿਵਾਰ ਜਿਹੜੇ ਹੈਗੇ ਕਿ ਕਿਸ ਤਰ੍ਹਾਂ ਮਿਲ ਕੇ ਪੰਜਾਬ ਦੀ ਰਾਜਨੀਤੀ ਕਰ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਕਿ ਅੱਜ ਬੱਚਾ ਬੱਚਾ ਜਾਣਦਾ ਕਿ ਕੁਮਰ ਵਿਜੇ ਪ੍ਰਤਾਪ ਇੱਕ ਜਿਹੜੀ ਆ ਜਾਂਚ ਸਹੀ ਢੰਗ ਨਾਲ ਕਰ ਰਿਹਾ ਸੀਗਾ ਉਹਨੂੰ ਕਿਸ ਤਰ੍ਹਾਂ ਪੰਜਾਬ ਦਾ ਐਡਵੋਕੇਟ ਜਨਰਲ ਪੰਜਾਬ ਦਾ ਐਡਵੋਕੇਟ ਜਨਰਲ ਕਿਸ ਤਰ੍ਹਾਂ ਜਿਹੜਾ ਹੈਗਾ ਉਹਨੇ ਪੰਜਾਬ ਸਰਕਾਰ ਦਾ ਪੱਖ ਕਿਸ ਤਰ੍ਹਾਂ ਜਿਹੜੀ ਰਿਪੋਰਟ ਆ ਉਹ ਹਾਈ ਕੋਰਟ ਦੇ ਵਿੱਚ ਨਹੀਂ ਰੱਖੀ ਕਿਸ ਤਰ੍ਹਾਂ ਜਿਹੜਾ ਹੈਗਾ ਮੈਂ ਸਮਝਦਾ ਹਾਈ ਕੋਰਟ ਦੇ ਵਿੱਚ ਕੇਸ ਨੂੰ ਪ੍ਰੈਜੈਂਟ ਕਰਨਾ ਸੀਗਾ ਕਿਉਂ ਨਹੀਂ ਕੀਤਾ ਗਿਆ ਇਹ ਗੱਲ ਬੜੇ ਸਪਸ਼ਟ ਨਹੀਂ ਹੈ ਕਿਉਂਕਿ ਅੱਜ ਇਹ ਵੀ ਗੱਲ ਬੱਚਾ-ਬੱਚਾ ਜਾਣਦਾ ਪੰਜਾਬ ਦਾ ਕਿ ਜਿਹੜਾ ਤੋਂ ਲੰਦਾਗਾ ਉਹਦੀ ਕਿੰਨੀ ਯਾਰੀ ਡੂੰਗੀ ਕੈਪਟਨ ਸਾਹਿਬ ਦੇ ਨਾਲ ਆ ਜਦੋਂ ਕੈਪਟਨ ਸਾਹਿਬ ਦੇ ਉੱਤੇ 2002 ਤੋਂ ਲੈ ਕੇ 2007 ਤੱਕ ਜਿੰਨੇ ਕੇਸ ਬਣੇ ਸੀ ਉਹਨਾਂ ਸਾਰੇ ਕੇਸਾਂ ਦੀ ਪੈਰਵੀ ਜਿਹੜਾ ਕੌਣ ਕਰਦਾ ਸੀ ਉਤਲੰਦਾ ਕਰਦਾ ਸੀ ਉਹਦੀ ਟੀਮ ਕਰਦੀ ਸੀਗੀ ਉਸ ਸਮੇਂ ਵੀ ਅਕਾਲੀਆਂ ਨਾਲ ਮਿਲ ਕੇ ਉਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਜਿਹੜਾ ਹੈਗਾ ਕੈਪਟਨ ਸਾਹਿਬ ਨੂੰ ਇਸੇ ਉਤਲੰਦਾ ਨੇ ਬਚਾਇਆ ਸੀਗਾ ਉਸ ਸਮੇਂ ਵੀ ਸਾਰੇ ਕੇਸਾਂ ਦੇ ਵਿੱਚ ਜਿਹੜੀ ਹੈ ਕੈਂਸਲੇਸ਼ਨ ਰਿਪੋਰਟ ਜਿਹੜੀ ਖਾਰਜ ਰਿਪੋਰਟ ਪੇਸ਼ ਹੋਈ ਸੀਗੀ ਉਹ ਇਸੇ ਉਤਲੰਦਾ ਦੀ ਤਿਆਰ ਕੀਤੀ ਹੋਈ ਸੀਗੀ ਇਸਲੇ ਵੀ ਉਸ ਸਮੇਂ ਅਹਿਮ ਭੂਮਿਕਾ ਨਿਭਾਈ ਸੀਗੀ ਸੋ ਅੱਜ ਉਸੇ ਤਰੀਕੇ ਦੇ ਨਾਲ ਉਸੇ ਤਰੀਕੇ ਦੇ ਨਾਲ ਜਿਹੜਾ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਕੀਤਾ ਸੀਗਾ ਜਿਹੜਾ ਰਲ ਕੇ ਅੱਜ ਉਹੀ ਕੰਮ ਫੇਰ ਅਤੁੱਲ ਲੰਦਾ ਅੱਜ ਜਿਹੜਾ ਹੈਗਾ ਸ਼੍ਰੋਮਣੀ ਕਾਲੇਦਨ ਨਾਲ ਰਲ ਕੇ ਕਰ ਰਿਹਾ ਅੱਜ ਫੇਰ ਦੋਸ਼ੀਆਂ ਨੂੰ ਬਚਾ ਰਿਹਾ ਬੜਾ ਸਪਸ਼ਟਾ ਅੱਜ ਪੰਜਾਬ ਦਾ ਬੱਚਾ ਬੱਚਾ ਜਾਣਦਾਗਾ ਜਿਹੜੀਆਂ ਜਿੰਨੇ ਵੀ ਹੁਣ ਤੱਕ ਜਾਂਚਾਂ ਹੋਈਆਂ ਨਹੀਂਆਂ ਲਗਭਗ 5 5 ਸਿੱਟਾਂ 5 ਸਿੱਟਾਂ ਜਿਹੜੀਆਂ ਪੰਜਾਬ ਵਿੱਚ ਬਦਲ ਗਈਆਂ 5 ਦੇ ਤਬਾਦਲੇ ਕੋਈ ਛੱਡ ਗਿਆ ਕੋਈ ਆ ਗਿਆ ਇੱਕ ਤਾਂ ਇਥੋਂ ਤੱਕ ਇੱਕ ਅਧਿਕਾਰੀ ਨੇ ਤਾਂ ਜਦੋਂ ਸੀਬੀਏ ਤੋਂ ਕੇਸ ਵਾਪਸ ਲੈ ਲਿਆ ਸੀਗਾ ਸੀਵੀ ਤੋਂ ਕੇਸ ਵਾਪਸ ਲੈ ਲਿਆ ਪਰ ਲੇਕਿਨ ਅਫਸੋਸ ਇੱਕ ਅਧਿਕਾਰੀ ਨੇ ਜਿਹੜਾ ਸਿਟ ਦਾ ਅਧਿਕਾਰੀ ਸੀਗਾ ਦੁਬਾਰਾ ਲਿਖਤਾ ਕਿ ਸੀਵੀ ਜਾਂਚ ਕਰੂਗੀ ਕਿ ਸੀਵੀ ਜਾਂਚ ਕਰੂਗੀ ਪਰ ਲੇਕਿਨ ਅਫਸੋਸ ਉਹ ਅਧਿਕਾਰੀ ਦੇ ਖਿਲਾਫ ਕੈਪਟਨ ਸਾਹਿਬ ਨੇ ਕੋਈ ਐਕਸ਼ਨ ਨਹੀਂ ਲਿਆ ਹੈਗਾ ਹੁਣ ਜਿਹੜੇ ਪੰਜ ਅਧਿਕਾਰੀ ਸੀਗੇ ਪੰਜ ਅਧਿਕਾਰੀ ਸਿਟ ਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਵਿੱਚੋਂ ਸਿਰਫ ਇੱਕ ਅਧਿਕਾਰੀ ਨੇ ਕੁਮਰ ਵਿਜੇ ਪ੍ਰਤਾਪ ਨੇ ਆਪਣੇ ਦਸਖਤ ਕੀਤੇ ਕੁਮਰ ਵਿਜੇ ਪ੍ਰਤਾਪ ਨੇ ਚਲਾਨ ਪੇਸ਼ ਕੀਤਾ ਪਰ ਲੇਕਿਨ ਚਾਰ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਦਸਖਤ ਕੀਤੀ ਨਾ ਉਸ ਚਲਾਨ ਤੇ এন্ডੋਰਸਮੈਂਟ ਕੀਤੀ ਨਾ ਉਹਦੇ ਖਿਲਾਫ ਕੋਈ ਗੱਲ ਲਿਖੀ ਸੋ ਉਹਨਾਂ ਚਾਰਾਂ ਅਫਸਰਾਂ ਨੂੰ ਉਹਨਾਂ ਚਾਰਾਂ ਅਫਸਰਾਂ ਨੂੰ ਵੱਖ-ਵੱਖ ਅਹੁਦਿਆਂ ਤੇ ਪੰਜਾਬ ਸਰਕਾਰ ਨੇ ਤਾਇਨਾਤ ਕੀਤਾ ਹੋਇਆਗਾ ਵੱਖ-ਵੱਖ ਅਹੁਦਿਆਂ ਤੇ ਲਾਇਆ ਹੋਇਆਗਾ ਕੋਈ ਵੀ ਐਕਸ਼ਨ ਕੈਪਟਨ ਸਾਹਿਬ ਨੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਨਹੀਂ ਲਿਆ ਇਹ ਸਾਰੇ ਤੱਥ ਤੇ ਸਾਰੇ ਪ੍ਰਮਾਣ ਤੇ ਸਾਰੇ ਸਬੂਤ ਇਸ ਗੱਲ ਦਾ ਪ੍ਰਗਟਾਵਾ ਕਰਦੇ ਨੇਗੇ ਕਿ ਦੋ ਪਰਿਵਾਰ ਪਿੱਛੇ ਲੰਬੇ ਅਰਸੇ ਤੋਂ ਪੰਜਾਬ ਦੇ ਲੋਕਾਂ ਨਾਲ ਖੇਡ ਰਹੇ ਨੇਗੇ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਹਰ ਵਰਗ ਨੂੰ ਜਿਹੜਾ ਹੈਗਾ ਉਹ ਨਿਰਾਸ਼ ਕਰ ਰਹੇ ਨੇ ਹਰ ਵਰਗ ਨੂੰ ਲੁੱਟ ਰਹੇ ਨੇਗੇ ਜਿ ਅੱਜ ਪੰਜਾਬ ਤੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਤਾਂ ਦੋਨਾਂ ਪਰਿਵਾਰਾਂ ਦੇ ਦੇਣ ਆ ਜਿ ਅੱਜ ਪੰਜਾਬ ਕਰਜ਼ਈ ਬਣਤਾ ਦੋਨਾਂ ਪਰਿਵਾਰਾਂ ਦੇ ਦੇਣ ਆ ਜਿ ਅੱਜ ਪੰਜਾਬ ਦਾ ਨੌਜਵਾਨ ਪੰਜਾਬ ਚ ਨਹੀਂ ਰਹਿਣਾ ਚਾਹੁੰਦਾ ਤਾਂ ਦੋਨਾਂ ਪਰਿਵਾਰਾਂ ਦੇ ਦੇਣ ਆ ਜਿ ਅੱਜ ਪੰਜਾਬ ਦਾ ਕਿਸਾਨ ਕਰਜ਼ੇ ਚ ਡੁੱਬਿਆ ਪਿਆਗਾ ਕਰਜ਼ੇ ਚ ਡੁੱਬਿਆ ਹੋਇਆ ਹੈਗਾ ਜਿਹੜਾ ਖੁਦਕਸ਼ੀਆਂ ਕਰ ਰਿਹਾਗਾ ਤਾਂ ਦੋਨਾਂ ਪਰਿਵਾਰਾਂ ਦੇ ਦੇਣ ਆ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਨਰਾਸ਼ ਹੋ ਕੇ ਅੱਜ ਪੰਜਾਬ ਦੇ ਲੋਕ ਇੱਕੋ ਇੱਕ ਬਦਲ ਇੱਕੋ ਇੱਕ ਜਿਹੜਾ ਬਦਲ ਦੇਖ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਉਹ ਹੈਗਾ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸੋ ਅੱਜ ਸਾਡੇ ਵਿਚਕਾਰ ਜਿਹੜੇ ਵਿਅਕਤੀ ਸ਼ਾਮਿਲ ਹੋ ਰਹੇ ਨੇ ਕਿ ਮੈਂ ਤੁਹਾਨੂੰ ਸਾਰਿਆਂ ਦੀ ਜਾਣ ਪਛਾਣ ਕਰਾਵਾਂਗਾ ਸਭ ਤੋਂ ਪਹਿਲਾਂ ਸਰਵਨ ਸਿੰਘ ਜੀ ਨੇ ਜਿਹੜੇ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਰਹਿਣ ਵਾਲੇ ਨੇਗੇ ਅਬੋਹਰ ਰਹਿੰਦੇ ਨੇਗੇ ਸੋ ਲੰਬਾ ਅਰਸਾ ਇਹ ਲਗਭਗ 15 ਸਾਲ ਇਹਨਾਂ ਦਾ ਰਾਜਨੀਤਿਕ ਜਿਹੜਾ ਤਜਰਬਾਗਾ ਏ ਉਥੋਂ ਦੇ ਐਮਪੀ ਸਾਹਿਬ ਉਹਨਾਂ ਦੇ ਪੀਏ ਰਹੇ ਨੇਗੇ ਔਰ ਬੜੇ ਪੜੇ ਲਿਖੇ ਇਨਸਾਨ ਨੇਗੇ ਔਰ ਹਲਕਾ ਬੱਲੂਆਣਾ ਦੇ ਵਿੱਚ ਲੰਬੇ ਅਰਸੇ ਤੋਂ ਕੰਮ ਕਰ ਰਹੇ ਨੇਗੇ ਸੋ ਆਜ ਸਾਡੇ ਵਿੱਚ ਖਾਂ ਸ਼ਾਮਲ ਹੋ ਰਹੇ ਨੇਗੇ ਇਸ ਤੋਂ ਬਿਨਾ ਕੈਪਟਨ ਤਰਸੀਮ ਸਿੰਘ ਜੀ ਜਿਹੜੇ ਕਿ ਐਕਸ ਆਰਮੀ ਕੈਪਟਨ ਨੇਗੇ ਔਰ ਬੀਬੀ ਰਣਜੀਤ ਕੌਰ ਜੀ ਜਿਹੜੇ ਕਿ ਹੁਣ ਪੰਚਾਇਤ ਮੈਂਬਰ ਨੇ ਕਾਂਗਰਸ ਪਾਰਟੀ ਦੇ ਔਰ ਇਹਨਾਂ ਦੇ ਪਤੀ ਜਿਹੜੇ ਹੈਗੇ ਨੇ ਉਹ ਵੀ ਸੀਨੀਅਰ ਕਾਂਗਰਸੀ ਲੀਡਰ ਨੇਗੇ ਪਰਮਜੀਤ ਸਿੰਘ ਜੀ ਜਿਹੜੇ ਪ੍ਰੈਜ਼ੀਡੈਂਟ ਨੇਗੇ ਆਲ ਇੰਡੀਆ ਐਸਸੀ ਫੈਡਰੇਸ਼ਨ ਦੇ ਹਵਲਦਾਰ ਹਰਜੀਤ ਸਿੰਘ ਜੀ ਇੱਕ ਸਰਵਿਸਮੈਨ ਨੇਗੇ ਸੋ ਇਹ ਸਾਰੇ ਵਿਅਕਤੀ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇਗੇ ਸਾਰਿਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਸਵਾਗਤ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਜੀ ਵੱਲੋਂ ਰਾਗਵ ਚੱਡਾ ਜੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਹੁਣ ਬੇਨਤੀ ਕਰਾਂਗਾ ਸਰਬੰਨ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕਿਉਂਣ ਆ ਕੇ ਫਾਰਮਲੀ ਜਿਹੜਾ ਆਮ ਆਦਮੀ ਪਾਰਟੀ ਜੁਆਇਨ ਕਰ ਸਰਦਾਰ ਸਰਬੰਨ ਸਿੰਘ ਜੀ ਸਭ ਤੋਂ ਪਹਿਲਾਂ ਸਰਵਲ ਸਿੰਘ ਜੀ ਸ਼ਾਮਲ ਹੋਏ ਨੇ ਸੋ ਇਹਨਾਂ ਦਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਸਾਡੇ ਪਰਿਵਾਰ ਦੇ ਪਚਾਵਾਂ ਦੀ ਪਾਰਟੀ ਦੇ ਵਿੱਚ ਪਰਿਵਾਰ ਚ ਵਾਧਾ ਹੋਇਆਗਾ ਸੋ ਇਹਨਾਂ ਦਾ ਵੈਲਕਮ ਬਹੁਤ-ਬਹੁਤ ਧੰਨਵਾਦ ਕੈਪਟਨ ਤਰਸੇਮ ਸਿੰਘ ਜੀ ਸასი ਕੈਪਟਨ ਤਰਸੇਮ ਸਿੰਘ ਜੀ ਨੇ ਜਿਹੜੇ ਕਿ ਜਿਨ੍ਹਾਂ ਨੇ ਲੰਬਾ ਅਰਸਾ ਹਿੰਦੁਸਤਾਨ ਦੀ ਆਰਮੀ ਦੇ ਵਿੱਚ ਸੇਵਾ ਕੀਤੀ ਸਰਹੱਦਾਂ ਤੇ ਲੜੇ ਦੇਸ਼ ਲਈ ਯੂਜ਼ਦੇ ਰਹੇ ਦੇਸ਼ ਲਈ ਜਿਹੜੀ ਕੁਰਬਾਨੀਆਂ ਕਰਦੇ ਰਹੇ ਦੇਸ਼ ਲਈ ਖੜਦੇ ਰਹੇ ਸੋ ਅੱਜ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਸੋ ਇਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਬਾਈਕਾ ਖਾਲਸਾ ਬੀਬੀ ਰਣਜੀਤ ਕੌਰ ਜੀ ਜਿਹੜੇ ਕਿ ਮੌਜੂਦਾ ਪੰਚ ਨੇਗੇ ਪਿੰਡ ਸਠਿਆਲਾ ਤੋਂ ਡਿਸਟ੍ਰਿਕਟ ਅਮਰਸਰ ਤੋਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਮੈਂ ਬੇਨਤੀ ਕਰੂੰਗਾ ਕਿ ਅੱਗੇ ਆ ਜੀ ਹਵਾਲदार ਹਰਜੀਤ ਸਿੰਘ ਬਹੁਤ ਮਹਿੰਦੀ ਵਰਕਮੈਂ ਬੜੀ ਮਹਿੰਦੀ ਆਜੋ ਤਾਂ ਆਜੋ ਤਾਂ ਜੀ ਆਜੋ ਕੇ ਸਾਰੇ ਸੋ ਅੱਜ ਸਾਡੇ ਵਿਚਕਾਰਾ ਸਮਾਜ ਦੀਆਂ ਵੱਖ-ਵੱਖ ਵਰਗਾਂ ਦੇ ਲੋਕ ਜਿਹੜੇ ਪੰਜਾਬ ਲਈ ਖੜੇ ਨੇਗੇ ਪੰਜਾਬ ਲਈ ਖੜਨਾ ਖੜ ਰਹੇ ਨੇਗੇ ਪੰਜਾਬ ਨੂੰ ਦੁਬਾਰਾ ਇੱਕ ਤੰਦਰੁਸਤ ਤੇ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਬਚਾਉਣਾ ਬਣਾਉਣਾ ਚਾਹੁੰਦੇ ਨੇਗੇ ਸੋ ਸਾਡੇ ਸ਼ਾਮਲ ਹੋ ਰਹੇ ਨੇ ਸਾਰਿਆਂ ਦਾ ਮੇਰੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਸੰਗਰੂਰ ਹਰਵਿੰਦ ਕੇਜਰੀਵਾਲ ਜੀ ਸਾਡੀ ਪਾਰਟੀ ਦੇ ਕੌਮੀ ਪ੍ਰਧਾਨ ਨੈਸ਼ਨਲ ਕਾਰਬੀਨ ਦਾ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਵੱਲੋਂ ਬਹੁਤ-ਬਹੁਤ ਸਵਾਗਤ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਫੋਟੋ ਪਰਮਜੀਤ ਸਿੰਘ ਹਾਂਜੀ ਅੱਛਾ ਹੈ ਜੀ ਹਾਂ ਪਰਮਜੀਤ ਸਿੰਘ ਬੋਲੋ ਸਰ ਪਰਮਜੀਤ ਸਿੰਘ ਅੱਛਾ ਹਾਂ ਪਰਮਜੀਤ ਸਿੰਘ ਆਲ ਇੰਡੀਆ ਸਟੂਲ ਕਾਸਟ ਫੈਡਰੇਸ਼ਨ ਦੇ ਪ੍ਰਧਾਨ ਨੇ ਵੈਲਕਮ ਜੀ ਆਇਆਂ ਨੂੰ ਇਧਰ ਆ ਜੀ ਸਾਰੇ ਫੋਟੋ ਚ ਚਲੋ ਅਗਰ ਫੋਟੋ